ਦਾ ਇਹ ਸਮੇਂ ਕਾਲੀ ਦਲ ਤੋਂ ਬਾਦਲਾਂ ਨੂੰ ਹਟਾਉਂਦੀ ਹੈ। ਕਾਲੀ ਦਲ ਦਾ ਤੁਸੀਂ ਕੀ ਤੁਹਾਡਾ ਕੀ ਮਤਲਬ ਹੈ? ਠੀਕ ਹੈ ਕਾਂਗਰਸ ਦੇ ਰਾਹ ਤੇ ਚੱਲ ਰਹੇ। ਸੋ ਕਾਂਗਰਸ ਨੂੰ ਫਾਲੋ ਕਰਨਾ ਚਾਹ ਰਹੇ। ਦੇਖੋ ਆਮ ਆਦਮੀ ਤਾਂ ਜਿਸ ਨੂੰ ਮਰਜ਼ੀ ਦਾਗੀ ਕਰ ਸਕਦੀ ਉਹਨਾਂ ਨੇ ਤਾਂ ਠੇਕਾ ਲੈ ਲਿਆ ਇਸ ਕੰਮ ਦਾ। ਉਹਨਾਂ ਨੇ ਦੇਖੋ ਇਹਨਾਂ ਨੇ ਇਹਨਾਂ ਦੀ ਮੰਨਛਾ ਜਿਹੜੀ ਅੱਜ ਤੱਕ ਇਹਨਾਂ ਨੇ ਉਹ ਬੰਦਿਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਨੇ ਮੀਡੀਆ ਨੂੰ ਡਾਕੂਮੈਂਟ ਲੀਕ ਕੀਤੇ। ਅੱਜ ਤੱਕ ਇਹਨਾਂ ਉਹ ਬੰਦਿਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਨੇ ਦੀ ਸਕਿਉਰਟੀ ਵਾਪਸ ਲਈ। ਅੱਜ ਤੱਕ ਉਹਨਾਂ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਾਰਟੀ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਆ ਜੇ ਉਹਨਾਂ ਐਲਾਨਾਂ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ 'ਚੋਂ ਇੱਕ ਪਰਿਵਾਰ ਨੂੰ ਇੱਕ ਟਿਕਟ ਹੀ ਦਿੱਤੀ ਜਾਊਗੀ ਤੇ ਸ਼ੋਮਨੀ ਕਾਲੀ ਦਲ ਦੇ ਜੋ ਪ੍ਰਧਾਨ ਨੇ ਉਹ ਦੋ ਵਾਰ ਹੀ ਚੋਣਾਂ ਲੜ ਸਕਦੇ ਨੇ ਉਸ ਤੋਂ ਬਾਅਦ ਇੱਕ ਵਾਰ ਬ੍ਰੀਕ ਲੈਣੀ ਪੈਊਗੀ ਫਿਰ ਚੋਣਾਂ ਲੜ ਸਕਦੇ ਨੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਕੀ ਸੋਚਦੀ ਹੈ ਗੱਲ ਕਰਾਂਗੇ ਸਾਡਾ ਬ੍ਰਿੰਗਟੇ ਲੋ ਜੀ ਸਟੋ ਲੋ ਸਾਬ ਕਿਸ ਤਰ੍ਹਾਂ ਸੋਚਦੇ ਹੋ ਅੱਜ ਵੱਡੇ ਐਲਾਨ ਕੀਤੇ ਕਿਸ ਕੋਆ ਤਾਂ ਉਹਨਾਂ ਦਾ ਇੰਟਰਨਲ ਪਾਰਟੀ ਦਾ ਮਸਲਾ ਉਹ ਉਹਨਾਂ ਨੂੰ ਆਪਣੀ ਪਾਰਟੀ ਚਲਾਉਣ ਵਾਸਤੇ ਜੋ ਵੀ ਐਲਾਨ ਕਰਨੇ ਪੈਣ ਉਹ ਉਹਨਾਂ لیکن کئی وار ਸ਼ੰਕਾ ਹੁੰਦੀ ਆ ਜਮੇ ਇਨਾਂ ਦੇ ਤਾਂ ਚਾਰ ਪੰਜ ਆਪ ਦੇ ਹੀ ਮਤਲਬ ਪਰਿਵਾਰ ਮੈਂਬਰ ਜਿਹੜੇ ਆ ਉਹ ਪਾਰਟੀ ਦੇ ਵਿੱਚ ਹੈਗੇ ਆ ਸੋ ਮੰਨ ਲਓ ਸੁਖਵੀਰ ਬਾਦਲ ਨਹੀਂ ਪ੍ਰਧਾਨ ਰਹਿਣਗੇ ਫਿਰ ਹਰਸਿਮਰਤ ਨੂੰ ਬਣਾ ਦੇਣਗੇ ਫਿਰ ਹਰਸਿਮਰਤ ਹਟਾ ਕੇ ਫਿਰ ਵਿਕਰਮਜੀਠੀਆ ਬਣਾ ਦੇਣਗੇ ਵਿਕਰਮਜੀਠੀਆ ਹਟਾਣਗੇ ਫਿਰ ਸੁਖਵੀਰ ਬਾਦਲ ਬਣਾ ਦੇਣਗੇ ਸੋ ਪਹਿਲੀ ਗੱਲ ਤਾਂ ਇਹ ਕਲੀਅਰ ਕਰਨ ਵੀ ਇਨਾਂ ਦੀ ਬਾਦਲ ਪਰਿਵਾਰ ਚ ਕੋਈ ਬਣੂਗਾ ਕਿ ਨਹੀਂ ਬਣੂਗਾ ਫਿਰ ਹੀ ਕਲੈਰਿਟੀ ਹੁੰਦੀ ਐ ਇਸ ਗੱਲ ਦੀ ਫਿਰ ਹੀ ਇਸ ਐਲਾਨ ਦੇ ਮਾਇਨੇ ਰਹਿ ਜਾਂਦੇ ਕਿਉਂਕਿ ਲੜਾਈ ਤਾਂ ਇਸ ਸਮੇਂ ਕਾਲੀ ਦਲ ਚ ਬਾਦਲਾਂ ਨੂੰ ਹਟਾਣ ਦੀ ਆ ਉਪਮੇ ਬਾਅਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਰਕਾਰ ਚੋਂ ਹਟਾਇਆ ਫਿਰ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਤੋਂ ਹਟਾਇਆ ਔਰ ਹੁਣ ਲੋਕ ਉਹਨਾਂ ਨੂੰ ਉਹਨਾਂ ਦੀ ਪਾਰਟੀ ਚੋਂ ਵੀ ਹਟਾ ਰਿਆ ਸੋ ਲੜਾਈ ਉਹਨਾਂ ਦੀ ਆਪ ਦੀ ਇੰਟਰਨਲ ਮੈਟਰ ਆ ਉਹਨਾਂ ਦਾ ਉਹਨਾਂ ਦੀ ਮਰਜ਼ੀ ਆ ਜੋ ਮਰਜ਼ੀ ਐਲਾਨ ਕਰ ਸਕਦੇ ਆ ਲੇਕਿਨ ਸ਼ੰਕਾ ਜਿਹੜੀ ਆ ਇਸ ਚੀਜ਼ ਤੇ ਪੈਦਾ ਹੁੰਦੀ ਸਭ ਕਿਤੇ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਵੀ ਐਲਾਨ ਪਹਿਲਾਂ ਕਰ ਦਿੱਤਾ ਗਿਆ ਸੀ ਕਿ ਪਰਿਵਾਰਵਾਦ ਖਤਮ ਕੀਤਾ ਜਾਊਗਾ ਇੱਕ ਪਾਰਟੀ ਚ ਇੱਕ ਟਿਕਟ ਦਾ ਹੀ ਐਲਾਨ ਕੀਤਾ ਗਿਆ ਸੀ ਤੇ ਅੱਜ ਅਕਾਲੀ ਦਲ ਵੱਲੋਂ ਕੀਤਾ ਗਿਆ देखो ये परिवारवाद राजनीति ਦਾ ਨੈਪੋਟਿਜ਼ਮ ਕਹਿ ਲੋ ਤੁਸੀਂ ਇਹ ਕਹਿ ਲੋ ਸਾਰੀਆਂ ਚੀਜ਼ਾਂ ਜਨੀਆਂ ਹੈਗੀਆਂ ਵਾ ਫੈਮਲੀ ਦਾ ਜਿਹੜਾ ਇੱਕ ਪਰਿਵਾਰ ਤੋਂ ਬਾਅਦ ਕਬਜ਼ਾ ਹੋ ਜਾਂਦਾ ਵਾ ਉਹ ਫਿਰ ਜ਼ਗੀਰ ਬਣ ਲੈਂਦੇ ਔਰ ਫਿਰ ਬਾਕੀਆਂ ਦੀ ਸੁਣਵਾਈ ਨਹੀਂ ਹੁੰਦੀ ਕੋਈ ਨਿਕ ਪਾਵਰਫੁੱਲ ਹੋ ਜਾਂਦੇ ਆ ਵੀ ਆਮ ਬੰਦੇ ਵਾਲੇ ਸੇ ਲੇਕਿਨ ਯੂ ਤੁਸੀਂ ਸਾਡਾ ਐਗਜ਼ਾਮਪਲ ਹੀ ਵੇਖ ਲਓ ਅਸੀਂ ਆਮ ਘਰਾਂ ਚੋਂ ਉੱਠੇ ਆ ਅਸੀਂ ਜਾਂ ਜੀਯੂਟੀ ਕਾਂਗਰਸ ਤੇ ਪ੍ਰਧਾਨਾ ਦੋ ਵਾਰ ਇਲੈਕਸ਼ਨਾਂ ਲੜ ਚੁੱਕੇ ਆ ਸੋ ਕਾਂਗਰਸ ਪਾਰਟੀ ਨੇ ਤਾਂ ਕੋਸ਼ਿਸ਼ਾਂ ਕੀਤੀਆਂ ਹੀ ਆ ਪਰਿਵਾਰਵਾਦ ਖਤਮ ਕਰਦੀ ਨਹੀਂ ਤਾਂ ਮੇਰੇ ਵਰਗੇ ਮੁੰਡਿਆਂ ਨੂੰ ਕਿੱਥੇ ਮੌਕਾ ਮਿਲਣਾ ਸੀਗਾ ਅੱਜ ਆਮ ਆਦਮੀ ਪਾਰਟੀ ਜੋ ਮਰਜੀ ਕੇ ਜਿੰਨਾ ਕੋ ਤਾਂ ਪਾਰਟੀ ਉਹ ਨਵੀਂ ਸੀ ਸਾਰੀਆਂ ਸੀਟਾਂ ਹੀ ਖਾਲੀ ਸੀ ਜਿਹਨੂੰ ਮਰਜ਼ੀ ਦੇ ਦਿੰਦੇ ਸਾਡੀ ਪਾਰਟੀ ਦੇ ਵਿੱਚ ਤਾਂ ਆਲਰੇਡੀ ਬੜੇ ਵੱਡੇ ਵੱਡੇ ਪਰਿਵਾਰ ਸੀ ਕਾਂਗਰਸ ਤੇ ਜਿਨ੍ਹਾਂ ਦਾ ਬੜਾ 50-50 ਸਾਲਾਂ ਤੋਂ ਸੀ ਔਰ ਜਿਨ੍ਹਾਂ ਦੇ ਕਲਾਊਡ ਵੀ ਸੀ ਉਸ ਤੋਂ ਉਸ ਤੋਂ ਬਾਅਦ ਹੋਰ ਵੀ ਲੀਡਰ ਸੀ ਜਿਹੜੇ ਬੜੇ ਵੱਡੇ ਵੱਡੇ ਮਤਲਬ ਨਾਮ ਸੀਗੇ ਜਿਨ੍ਹਾਂ ਨੂੰ ਸ਼ਾਇਦ ਹਟਾਉਣਾ ਬਹੁਤ ਮੁਸ਼ ਕਰਾ ਚੋਠੇ ਮੁੰਡੇ ਨੂੰ ਹੀ ਰਾਤ ਇੱਕ ਵਾਰ ਫਿਰ ਗੱਲ ਕਰਦੇ ਉਹੀ ਰਾਤ ਤੇ ਅਜ ਕਾਲੀ ਦਲ ਵੀ ਤੁਰ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਯੂਥ ਕਾਂਗਰਸ ਦਾ ਪੰਗਾ ਉਹਦੇ ਚ ਵੀ 35 ਸਾਲ ਤੋਂ ਵੱਧ ਕੋਈ ਨਹੀਂ ਹੋਗਾ ਚਾਹੇ ਪ੍ਰਧਾਨ ਦੇ ਲਈ 5 ਸਾਲ ਦੀ ਨਰਵੇਟ ਦੇ ਦਿੱਤੀ ਗਈ ਯੂਥ ਅਕਾਲੀ ਦਲ ਦਾ ਤੁਸੀਂ ਕਿ ਤੁਹਾਡਾ ਕਹਿੰਦਾ ਮਤਲਬ ਆ ਠੀਕ ਆ ਕਾਂਗਰਸ ਦੇ ਰਾਹ ਤੇ ਚੱਲ ਰਹੇ ਆ ਸੋ ਕਾਂਗਰਸ ਨੂੰ ਫੋਲੋ ਕਰਨਾ ਚਾ ਰਹੇ ਆ ਕਿਉਂਕਿ ਕਾਂਗਰਸ ਤੇ ਜਿਹੜਾ ਯੂਥ ਦਾ ਪ੍ਰੋਗਰਾਮ ਸੀਗਾ ਜਾਂ ਜਿਹੜਾ ਇਹ ਸਿਸਟਮ ਸੀਗਾ ਠੀਕ ਆ ਬੜੀ ਧੀਰ ਤੋਂ ਸਾਡਾ ਕਾਂਗਰਸ ਦਾ ਮੁਸ਼ਕਲਾਂ ਆਈਆਂ ਹੋਈਆਂ ਸੀਗੀਆਂ ਬੜੀ ਧੀਰ ਤੋਂ ਸਾਡੀ ਕਾਂਗਰਸ ਪਾਰ ਆ ਪ੍ਰੋਬਲਮ ਸੀਗੀ ਲੇਕਿਨ ਅਗਰ ਤੁਸੀਂ ਵੇਖੋਗੇ ਯੂਥ ਕਾਂਗਰਸ ਨੇ ਜਦੋਂ ਦੇ ਰਾਹੁਲ ਜੀ ਆਏ ਆ ਪਿਛਲੇ 10-12 ਸਾਲਾਂ ਤੋਂ ਬਹੁਤ ਨੌਜਵਾਨਾਂ ਨੂੰ ਮੌਕੇ ਮਿਲੇ ਆ ਯੂਥ ਵਿੱਚ ਅੱਜ ਸਾਡੇ ਆਲ੍ਰੀਡੀਆ ਪ੍ਰਧਾਨਾ ਸ਼੍ਰੀ ਨਿਵਾਸ ਉਹਨਾਂ ਦਾ ਵੱਡਾ ਨਾਮ ਆ ਉਹਨਾਂ ਨੇ ਕੰਮ ਕੀਤਾ ਵਾ ਢਾਂਚਾ ਖੜਾ ਹੋ ਰਿਹਾ ਵਾ ਵੱਡੀ ਪਾਰਟੀ ਆ ਢਾਂਚੇ ਖੜੇ ਹੁਣ ਨੂੰ ਟਾਈਮ ਲਾਦਾ ਸੋ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੇਖੋਗੇ ਵੀ ਜਿਹੜਾ ਇਹ ਢਾਂਚੇ ਦੀ ਅਸੀਂ ਗੱਲ ਕਰ ਰਹੇ ਆ ਇਹ ਇਹ 2024 ਦੀ ਇਲੈਕਸ਼ਨ ਦੇ ਵਿੱਚ ਇਹ ਬੜਾ ਤਗੜੇ ਤਰੀਕੇ ਨਾਲ ਇਹਦੇ ਰਿਜ਼ਲਟ ਮਿਲਣਗੇ ਹੁਣ ਕਾਲੀ ਦਲ ਵਾਸਤੇ ਵੀ ਇੱਕ ਟਾਈਮ ਆ ਜਦੋਂ ਇਹ ਜੋ ਗ ਫਿਰ ਉਸ ਤੋਂ ਬਾਅਦ ਵੇਖਾਂਗੇ ਵੀ ਤੁਰਦੇ ਆ ਕਿ ਨਹੀਂ ਤੁਰਦੇ ਕਿਉਂਕਿ ਸਾਡੇ ਤਾਂ ਫਿਰ ਅ ਅਗਰ ਤੁਸੀਂ ਕਹੋਗੇ ਵੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਮ ਘਰਾਂ ਦੇ ਮੁੰਡਿਆਂ ਨੂੰ ਮੌਕਾ ਬਹੁਤ ਮੁਸ਼ਕਲ ਮਿਲਦਾ ਹੁੰਦਾ ਸੀ ਪਹਿਲਾਂ ਕਾਂਗਰਸ ਪਾਰਟੀ 'ਚ ਲੇਕਿਨ ਅੱਜ ਤੁਸੀਂ ਵੇਖੋ ਕਿ ਬਹੁਤ ਸੂਬਿਆਂ ਦੇ ਵਿੱਚ ਬੜੇ ਐਮਐਲਏ ਆ ਬੜੇ ਐਮਪੀ ਆ ਜਿਹੜੇ ਆਮ ਆਮ ਘਰਾਂ ਤੋਂ ਉੱਠ ਕੇ ਆ ਜੇ ਐਮਐਲਏ ਐਮਪੀ ਦੀਆਂ ਕੁਰਸੀਆਂ ਤੇ ਪਹੁੰਚੇ ਔਰ ਉਹ ਐਵੇਂ ਨਹੀਂ ਪਹੁੰਚੇ ਜਿਵੇਂ ਆਮ ਆਦਮੀ ਦੇ ਨਵੇਂ-ਨਵੇਂ ਸੀਗੇ ਸੀਟਾਂ ਹੀ ਖਾਲੀ ਹੈ ਜਿਸ ਨੂੰ ਮਰਜ਼ੀ ਦੇ ਦੋ ਜਿਨ੍ਹਾਂ ਨੇ ਸਟਰਗਲ ਕੀਤੀ ਜਿਨ੍ਹਾਂ ਨੇ ਮੁਦਦੇ ਚੱਕੇ ਜਿਨ੍ਹਾਂ ਨੇ ਰਾਜਨੀਤੀ ਨੂੰ ਸਮਝਿਆ ਔਰ ਉਹ ਅੱਜ ਉਹ ਐਮਪੀ ਐਮਐਲਏਾਂ ਦੀਆਂ ਸੀਟਾਂ ਤੇ ਉੱਤੇ ਪਹੁੰਚੇ ਹੋਏ ਆ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਤਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਦਾਰੂ ਦੀ ਖੇਪਰਾ ਮਤ ਕੀਤੀ ਗਈ ਹੈ 4 ਤੋਂ 5 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਇਹ ਵੀ ਗੱਲ ਕਹੀ ਜਾ ਰਹੀ ਕਿ ਕਿਤੇ ਦੋ ਸਾਬਕਾ ਵਿਧਾਇਕਾਂ ਦੇ ਨਾਮ ਆ ਰਹੇ ਨੇ ਕੀ ਦੇਖੋ ਦੇਖੋ ਆਮ ਆਦਮੀ ਤਾਂ ਹਜ਼ਾਰ ਰੁਪਏ ਦੇਣਾ ਨਹੀਂ ਨੌਕਰੀਆਂ ਦੇਣੀਆਂ ਨਹੀਂ ਹਰੇ ਪੈਨ ਚੱਲਨੇ ਨਹੀਂ ਹੁਣ ਤਾਂ ਕੰਮ ਸੌਖਾ ਆਪੋਜੀਸ਼ਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਕਰਦੇ ਆ ਹਰ ਬੰਦੇ ਨੂੰ ਉਹਨਾਂ ਦੀ ਕੋਸ਼ਿਸ਼ ਆ ਹਰ ਮੰਤਰੀ ਨੂੰ ਉਹਨਾਂ ਨੂੰ ਚੋਰ ڈاکੂ ਕਹਿ ਦੇਣਾ ਠੀਕ ਆ ਤੁਸੀਂ ਕਈਆਂ ਨੇ ਗਲਤ ਕੀਤੀਆਂ ਉਹਨਾਂ ਨੂੰ ਬਖਸ਼ੋ ਲੇਕਿਨ ਜਦੋਂ ਮਨੀਸ਼ ਸੋਧਿਆ ਤੇ ਚੀਕ ਰੇਡਾਂ ਪੈਂਦੀਆਂ ਉਹ ਪੱਕਾ ਇਮਾਨਦਾਰ ਉਹ ਕਟੜ ਇਮਾਨਦਾਰ ਉਹਨਾਂ ਨੂੰ ਅਰੈਸਟ ਕਰਨਾ ਇਹਨਾਂ ਦੀ ਵੋਟਾਂ ਵਾਝ ਜਾਂਦੀਆਂ ਤੇ ਜਦੋਂ ਸਾਡਾ ਬੰਦਾ ਅਰੈਸਟ ਹੋਵੇ ਸਾਡੀ ਵੋਟਾਂ ਘਟ ਜਾਂਦੀਆਂ ਸੋ ਇਹ ਮਾਪਦੰਡ ਇਹਨਾਂ ਨੂੰ ਕੋ ਬੰਦ ਕਰਨ ਉਹ ਇਹ ਚੀਜ਼ਾਂ ਸਮਝ ਵਾਸਤੇ ਜਾਂਦੇ ਜਾਂਦੇ ਸਿੱਧੂ ਮੂਸੇ ਵਾਲੇ ਪਰਿਵਾਰ ਦੀ ਜੇ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਅੱਜ ਲੱਗਦਾ ਉਹਨਾਂ ਦਾ ਪਰਿਵਾਰ ਵਿਦੇਸ਼ ਚਲਾ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਉੱਚ ਗ੍ਰਿਫਤਾਰੀਆਂ ਵੀ ਉਸ ਕੇਸ 'ਚ ਬਹੁਤ ਦੇਖੋ ਇਹਨਾਂ ਨੇ ਇਹਨਾਂ ਦੀ ਮਨਛਾ ਜਿਹੜੀ ਅੱਜ ਤੱਕ ਇਹਨਾਂ ਨੇ ਉਹ ਬੰਦਿਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਨੇ ਮੀਡੀਆ ਨੂੰ ਡਾਕੂਮੈਂਟ ਲੀਕ ਕੀਤੇ ਅੱਜ ਤੱਕ ਇਹਨਾਂ ਉਹ ਬੰਦਿਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਨੇ ਦੀ ਸਕਿਉਰਟੀ ਵਾਪਸ ਲਈਤੀ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਸੋ ਮਾਪਿਓ ਦਾ ਜਿਹੜਾ ਇਹਨਾਂ ਦਾ ਉੱਤੇ ਭਰੋਸਾ ਨਹੀਂ ਹੈਗਾ ਵੀ ਇਹ ਸਰਕਾਰ ਜਿਹੜੀ ਆ ਫਰੀ ਐਂਡ ਫੇਅਰ ਜਾਂਚ ਕਰ ਸਕਦੀ ਆ ਔਰ ਉਹਨਾਂ ਨੂੰ ਵੀ ਇਹ ਭਰੋਸਾ ਨਹੀਂ ਆ ਵੀ ਸਾਡੀ ਵੀ ਕਿਤੇ ਜਾਨ ਜੜੀ ਆ ਬਚ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦਿੰਦਰ ਟੈਲੋ ਬੋ ਲੋ ਕਿਹਾ ਗਿਆ ਕਿ ਸ਼ੋਮੇ ਕਾਲੀ ਦਲ ਜੋ ਐਲਾਨ ਕੀਤੇ ਗਏ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਦੀਆਂ ਪੈੜਾਂ ਤੇ ਹੀ ਤੁਰ ਗਏ ਤੇ ਸਿੱਧੂ ਮੂਸੇਵਾਲੇ ਦਾ ਜੋ ਪਰਿਵਾਰ ਵਾਰ ਚੱਲਿਆ ਉੱਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਕਸ਼ਦੀਪ ਦੇ ਨਾਲ ਰਵੀ ਜਕ